ਸੁਖਬੀਰ ਸਿੰਘ ਬਾਦਲ ਜੀ ਜਿਹੜੇ ਜਿਨ੍ਹਾਂ ਦੀ ਅਧਿਅਕਸ਼ਤਾ ਤੇ ਇਹ ਸਮਾਰੋਹ ਹੋਏਗਾ ਮੇਰੇ ਬੜੇ ਬਹੁਤ ਆਦਰਣੀ ਦੋਸਤ ਔਰ ਭੈਣਾਂ ਔਰ ਸਾਰੇ ਡਿਸਟਿੰਗੁਇਸ਼ਡ ਲੇਡੀਜ਼ ਐਂਡ ਜੈਂਟਲਮੈਨ ਮੈਂ ਸਮਝਦਾ ਸਿਰਫ ਮੇਰੇ ਲਈ ਨਹੀਂ ਮੇਰੇ ਇੰਟਾਇਰ ਪਰਿਵਾਰ ਵਾਸਤੇ ਮੇਰੀ ਇੰਟਾਇਰ ਕਮਿਊਨਿਟੀ ਵਾਸਤੇ ਮੇਰੇ ਸਾਰੇ ਦੋਸਤਾਂ ਦੀ ਬਰਾਦਰੀ ਸਾਰੀ ਫੌਜ ਦੀ ਬਰਾਦਰੀ ਜਿਹੜੇ ਸਭ ਮੇਰੇ ਨਾਲ ਜਿਹਨਾਂ ਨੇ ਨੌਕਰੀ ਕੀਤੀ ਜਿਹਨਾਂ ਨੇ ਖੂਨ ਪਸੀਨਾ ਇਹ ਕਰਕੇ ਮੈਨੂੰ ਇਸ ਪੋਜੀਸ਼ਨ ਤੇ ਲਿਆ ਹੈ ਔਰ ਮੈਂ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਦੇ ਥੱਲੇ ਜਿਹੜੀ ਸਰਕਾਰ ਹੈ ਜਿਹਨਾਂ ਨੇ ਦੇਸ਼ ਦੇ ਵਾਸਤੇ ਬਹੁਤ ਕੁਛ ਇਨੀਸ਼ੀਏਟਿਵ ਲਏ ਨੇ ਔਰ ਉਹਨਾਂ ਦੇ ਵੀ ਬਲੈਸਿੰਗਸ ਸਾਨੂੰ ਹੈਗੀਆਂ ਔਰ ਬੀਜੇਪੀ ਅਕਾਲੀ ਦਲ ਕੰਬਾਈਨ ਫਤਿਹ ਪਾਏਗੀ ਮੈਂ ਇਸ ਸਾਡੇ ਮਿਸ਼ਨ ਵਾਸਤੇ ਪਟਿਆਲੇ ਦੇ ਮਿਸ਼ਨ ਵਾਸਤੇ ਕੋਡ ਵਰਡ ਬਣਾਇਆ ਜੀ ਮੈਂ ਕਿਹਾ ਜੀ ਸੰਪੂਰਨ ਫਤਿਹ ਆਪਾਂ ਨੇ ਛੋਟੀ ਮੋਟੀ ਫਤਿਹ ਨਹੀਂ ਆਪਾਂ ਨੇ ਸ਼ਿਕਸਤ ਕਰਨਾ ਜੀ ਆਪੋਜੀਸ਼ਨ ਨੂੰ ਕਿਉਂਕਿ ਉਹਨਾਂ ਨੇ ਕਿਹਾ ਕਿ ਕੈਪਟਨ ਜਨਰਲ ਨੂੰ ਹਰਾਏਗਾ ਔਰ ਇਤਿਹਾਸ ਬਣਾਏਗਾ ਤੇ ਮੈਂ ਉਸ ਦਾ ਜਵਾਬ ਇਹੀ ਦੇਣਾ ਚਾਹੁੰਦਾ ਨਮਰਤਾ ਦੇ ਨਾਲ ਕਿ ਬਈ ਇਤਿਹਾਸ ਤੇ ਮੈਂ ਬਣਾਊਂਗਾ ਜੀ ਮੈਂ ਇੱਕ ਸਿਪਾਹੀ ਦਾ ਪੋਤਾ ਅਸੀਂ ਕੋਈ ਮਖਮਲੀ ਜਾਮੇ ਦਾ ਸਰਵਿਸ ਨਹੀਂ ਦੇਖੀ ਮਿਹਨਤ ਕਰਕੇ ਉੱਤੇ ਗਏ ਹਾਂ ਤੇ ਆਪਾਂ ਇਸ ਤਰ੍ਹਾਂ ਕੰਮ ਕਰਾਂਗੇ ਜਿਹਦੇ ਨਾਲ ਇੱਕ ਮਹਾਰਾਜੇ ਦੇ ਖਾਨਦਾਨ ਦੀ ਸੰਤਾਨ ਨੂੰ ਉਹਨਾਂ ਦੇ ਕਿਲੇ ਤੋਂ ਉਖਾੜ ਦੇਵਾਂਗੇ ਆਪਾਂ ਫਤਿਹ ਪਾਈਏ ਔਰ ਪੂਰੀ ਸੰਪੂਰਨ ਫਤਿਹ ਰਾਜੀ ਗੱਜ ਕੇ ਬੋਲੋ ਬੋਲੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਵੀਕਾਰ ਕੀਤਾ ਹੈ ਮੈਨੂੰ ਆਪਣਾ ਟੀਮ ਦਾ ਮੈਂਬਰ ਬਣਾਇਆ ਹੈ ਮੈਨੂੰ ਔਰ ਮੇਰੇ ਖਾਨਦਾਨ ਨੂੰ ਬਹੁਤ ਮਾਣ ਸਮਝ ਲਓ ਦਿੱਤਾ ਗਿਆ ਹੈ ਉਹਦਾ ਮੈਂ ਬਹੁਤ ਆਭਾਰੀ ਹਾਂ ਤੁਸੀਂ ਸਾਰੇ ਇੱਥੇ ਆਇਓ ਭਰਾਓ ਭੈਣੋ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਲੋਕ ਕਹਿੰਦੇ ਨੇ ਜੀ ਇਹ ਤੇ ਪੈਰਾ ਟੂਪ ਹੋ ਗਏ ਆਪਣੇ ਡਿਪਟੀ ਸੀ ਐਮ ਸਾਹਿਬ ਨੇ ਬੜਾ ਅੱਛਾ ਦੱਸਿਆ ਕਿ ਨਾਨਕੇ ਦਾਦਕੇ ਦੋਨੋਂ ਉਹ ਕੈਪਟਨ ਸਾਹਿਬ ਨਾਨਕੇ ਦੀ ਗੱਲ ਕਰ ਰਹੇ ਸੀਗੇ ਤੇ ਨਾਨੀ ਦੀ ਯਾਦ ਕਰਾ ਦਿਆਂਗੇ ਇਹਨੇ ਪਵਿੱਤਰ ਰਿਸ਼ਤੇ ਨੂੰ ਥੱਲੇ ਲਿਆ ਹੈ ਮੈਂ ਤੇ ਸਮਝਦਾ ਕਿ ਦੇਖੋ ਅਸੀਂ ਸਾਰੇ ਹਿੰਦੁਸਤਾਨੀ ਸਭਿਅਤਾ ਦੇ ਬੱਚੇ ਹਾਂ ਸਾਨੂੰ ਨਾਨੀਆਂ ਬੜੀਆਂ ਪਿਆਰੀਆਂ ਹੁੰਦੀ ਹੈ ਅਸੀਂ ਉਹਨਾਂ ਦੀ ਅਸੀਸਾਂ ਲੈਂਦੇ ਸੀ ਉਹਨਾਂ ਦਾ ਪਿਆਰ ਲੈਂਦੇ ਸੀ ਉਹਨੂੰ ਥੱਲੇ ਕਰ ਦਿੱਤਾ ਜੀ ਇਹਨਾਂ ਨੇ ਇਹ ਹਲਕਾ ਰਿਮਾਰਕ ਪਹਿਲੀ ਵਾਰ ਵੀ ਕਦੀ ਕਾਂਗਰਸ ਦੇ ਇੱਕ ਲੀਡਰ ਨੇ ਕਿਹਾ ਸੀ ਪਛਤਾਣਾ ਪਿਆ ਉਹਨੂੰ ਉਹਨੂੰ ਬਾਬਾ ਲੋਕ ਕਿਹਾ ਗਿਆ ਜੀ ਪਾਰਲੀਮੈਂਟ ਜਿੱਥੇ ਨਾਨੀ ਯਾਦ ਕਰਾ ਦੇ ਗਏ ਇਹ ਕੋਈ ਗੱਲ ਕਰਨ ਵਾਲੀ ਨਹੀਂ ਹੈ ਸ਼ੋਭਾ ਨਹੀਂ ਦਿੰਦੀ ਉਹਨਾਂ ਨੂੰ ਇਹ ਵੀ ਕਹਿਣਾ ਹੈ ਕਿ ਨਾਨਕੇ ਔਰ ਦਾਦਕੇ ਵੀ ਇੱਥੇ ਸੀਗੇ ਤੇ ਹੁਣ ਕਹਿਣਗੇ ਦਾਦੀ ਯਾਦ ਕਰਾ ਦੂੰਗਾ ਤਾਂ ਮੈਂ ਕਹਿਣ ਦਾ ਮਤਲਬ ਇਹ ਹੈ ਕੈਪਟਨ ਅਮਰਿੰਦਰ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਉਹ ਟਾਈਮ ਨਿਕਲ ਗਿਆ ਜਦੋਂ ਤੁਸੀਂ ਮਹਿਲ ਦੇ ਵਿੱਚੋਂ ਇਹ ਸਾਰਾ ਕੰਟਰੋਲ ਕਰਦੇ ਸੀਗੇ ਹੁਣ ਤੇ ਗਲੀਆਂ 'ਚ ਉਤਰਨਾ ਪਏਗਾ ਤੁਸੀਂ ਕੁਚਿਆਂ 'ਚ ਜਾਣਾ ਪਏਗਾ ਲੋਕਾਂ ਨੂੰ ਹੱਥ ਮਿਲਾਉਣਾ ਪਏਗਾ ਉਹਨਾਂ ਦੇ ਨਾਲ ਜੱਫੀ ਪਾਣੀ ਪਏਗੀ ਆਪਾਂ ਤੇ ਕਰਾਂਗੇ ਆਪਾਂ ਆਪਣੀ ਰਫਤਾਰ ਤੇ ਜਾਵਾਂਗੇ ਆਪਾਂ ਸਾਈਕਲ ਤੇ ਜਾਵਾਂਗੇ ਸਕੂਟਰ ਤੇ ਜਾਵਾਂਗੇ ਪੈਦਲ ਜਾਵਾਂਗੇ ਕੋਈ ਉਹ ਜੀ ਕਹਿੰਦੇ ਟਾਈਮ ਬਹੁਤ ਘੱਟ ਹੈ ਜੀ 20 ਦਿਨ 22 ਦਿਨ ਉਹਨਾਂ ਵਾਸਤੇ ਘੱਟ ਹੈ ਆਪਣੇ ਵਾਸਤੇ 20-22 ਦਿਨ ਦਾ ਮੈਂ ਉਹਨਾਂ ਨੇ 6 ਘੰਟੇ ਕੰਮ ਕਰਨਾ ਆਪਾਂ 18 ਘੰਟੇ ਕੰਮ ਕਰਨਾ ਮੇਰੇ ਤੇ 66 ਦਿਨ ਹੋ ਗਏ ਜੀ ਅਸੀਂ ਕੰਮ ਕਰਾਂਗੇ ਉਹ 6 12 ਤੋਂ 6 ਕਰਦੇ ਨੇ ਜੀ ਕੋਈ ਗੱਲ ਨਹੀਂ ਉਹ ਉਹਨਾਂ ਦਾ ਆਪਣਾ ਤਰੀਕਾ ਹੈ ਆਪਣਾ ਤਰੀਕਾ ਹੈ ਲੀਡਰਸ਼ਿਪ ਦੇ ਵਿੱਚ ਨਾ ਅੱਜ ਕੱਲ੍ਹ ਟ੍ਰਾਂਸਪੇਰੈਂਸੀ ਇੰਨੀ ਹੋ ਗਈ ਹੈ ਕਿ ਤੁਸੀਂ ਝੂਠ ਨਹੀਂ ਬੋਲ ਸਕਦੇ ਹੋ ਤੁਸੀਂ ਗਲਤ ਚੀਜ਼ ਨਹੀਂ ਕਰ ਸਕਦੇ ਹੋ ਸਭ ਕੁਛ ਟ੍ਰਾਂਸਪੇਰੈਂਟ ਹੈਗਾ ਤੇ ਉਹਨਾਂ ਨੇ ਆਪਣੇ ਮੈਡਮ ਨੂੰ ਪ੍ਰਨੀਤ ਕੌਰ ਜੀ ਨੂੰ ਅੱਗੇ ਬਤਾਇਆ ਉਹ ਕੈਨਵਸਿੰਗ ਕਰਦੀਆਂ ਲੋਕਾਂ ਨਾਲ ਮਿਲਦੀਆਂ ਪਈਆਂ ਤੇ ਇਹ ਪ੍ਰੋਕਸੀ ਵਾਲੀ ਕੈਂਪੇਨ ਨਹੀਂ ਚੱਲੇਗੀ ਇਸ ਵਾਰੀ ਉਹਨਾਂ ਨੂੰ ਆਪ ਉਤਰਨਾ ਪਏਗਾ ਔਰ ਮੈਡਮ ਨੂੰ ਕਹੋ ਜੀ ਮੈਂ ਤੁਸੀਂ ਸੰਭਾਲੋ ਆਪਾਂ ਜੀ ਬਾਹਰ ਆਪਣੇ ਆਪ ਕਰਨਾ ਹੈ ਆਪਾਂ ਨੇ ਲੋਕਾਂ ਨੂੰ ਮਿਲਣਾ ਨਹੀਂ ਕਰ ਸਕਦੇ ਤੇ ਮੈਂ ਸਮਝਦਾ ਕਿ ਮੇਰੀ ਫਤਿਹ ਹੋਣੀ ਹੀ ਹੋਣੀ ਹੈ ਚੁਣੌਤੀ ਤਾਂ ਹੋਏਗੀ ਜੇ ਮੇਰੇ ਨਾਲ ਚੱਲ ਕੇ ਚੱਲੇਗੇ ਮੈਂ ਤੋਂ ਅੱਗੇ ਨਿਕਲਾਂ ਮੈਨੂੰ ਬੜੀ ਖੁਸ਼ੀ ਜਿੱਤੋ ਜੀ ਹਾਰਡ ਫੌਟ ਫਾਈਟ ਹੋਏਗੀ ਪਰ ਮੈਨੂੰ
ਅੜੰਗੀ ਪਾ ਕੇ ਟੁੱਡਾ ਮਾਰ ਕੇ ਅੱਗੇ ਨਿਕਲੋਗੇ ਭਾਈ ਸਾਹਿਬ ਫਿਰ ਆਪਾਂ ਉਹਦਾ ਕੋਈ ਬਖਸ਼ਣਾ ਨਹੀਂ ਕਿਸੇ ਨੂੰ ਵੀ ਆਪਾਂ ਦੇ ਇਹ ਗੇਮ ਬੜੀ ਸਿੱਧੀ ਹੈ ਤੁਸੀਂ ਲੋਕਾਂ ਦਾ ਮਨ ਜਿੱਤ ਰਹੇ ਹੋ ਪਿਆਰ ਜਿੱਤ ਰਹੇ ਹੋ ਉਹਦੇ ਵਾਸਤੇ ਤੁਸੀਂ ਮੇਰੇ ਵਿੱਚ ਰੋੜੇ ਅਟਕਾਓਗੇ ਤੇ ਮੈਂ ਕਹਾਂਗਾ ਜੀ ਆਪਾਂ ਤੇ ਤੂਫਾਨ ਵਾਕਣ ਅੱਗੇ ਹਟਾ ਦਾਂਗੇ ਸਾਰੇ ਲੋਕ ਔਰ ਇਹ ਲਹਿਰ ਜਿਹੜੀ ਹੈ ਨਾ ਇਹ ਮੈਂ ਅਗੇਨ ਰੱਬ ਦੇ ਸਾਹਮਣੇ ਅਰਦਾਸ ਕਰਦਾ ਇਹ ਲਹਿਰ ਜਿਹੜੀ ਇੱਥੇ ਸ਼ੁਰੂ ਹੋਈ ਹੈ ਇਹ ਸਾਰੇ ਪੰਜਾਬ ਜਾਏਗੀ ਔਰ ਪੰਜਾਬ ਫਿਰ ਦੇਖੋ ਕਿਸ ਤਰ੍ਹਾਂ ਓਵਰਨਾਈਟ ਕਹਿੰਦੇ 1 week ਇਜ਼ ਅ ਲੌਂਗ ਟਾਈਮ ਇਨ ਪੋਲਿਟਿਕਸ ਆਪਾਂ ਦੀ ਪੋਲਿਟਿਕਸ ਕੀਤੀ ਨਹੀਂ ਬਟ ਲੀਡਰਸ਼ਿਪ ਬੜੀ ਅੱਛੀ ਕੀਤੀ ਹੈ ਅੱਧਾ ਕੰਮ 90% ਕੰਮ ਲੀਡਰਸ਼ਿਪ ਦੇ ਉੱਤੇ ਹੁੰਦਾ ਹੈ ਉਹ ਫੇਕ ਲੀਡਰਸ਼ਿਪ ਨਹੀਂ ਚੱਲੇਗੀ ਕਿ ਆਪਾਂ ਰਿਮੋਟ ਕੰਟਰੋਲ ਨਾਲ ਲੀਡਰਸ਼ਿਪ ਕਰੀਏ ਪਿਆਰ ਮੁਹੱਬਤ ਦਿਖਾਉਣਾ ਤੇ ਅੱਖਾਂ 'ਚ ਹੋਣਾ ਚਾਹੀਏ ਚਿਹਰੇ 'ਚ ਹੋਣਾ ਚਾਹੀਏ 1-to-1 ਹੋਣਾ ਚਾਹੀਦਾ ਉਹ ਜੀ ਰਾਬਤਾ ਨਹੀਂ ਕਰ ਪਾਏਗੇ ਤਾਂ ਮੈਨੂੰ ਅਫਸੋਸ ਹੈ ਉਹਨਾਂ ਨੂੰ ਤੇ ਪਹਿਲੇ ਹੀ ਉਹ ਕਹਿੰਦੇ ਲਾਸਟ ਕੈਂਪੇਨ ਮੈਂ ਕਿਹਾ ਭਾਈ ਖੱਜਲ ਖੁਆਰੀ ਛੱਡ ਦੇ ਪਹਿਲੇ ਹੀ ਗਿਵ ਅਪ ਕਰ ਦੇ ਕਿਉਂਕਿ ਅਗਰ ਮੇਰੀ ਸਪੀਡ ਤੇ ਨਹੀਂ ਜਾ ਸਕਦਾ ਮੇਰੇ ਜਿਹੜਾ ਸਟੈਮਿਨਾ ਨਹੀਂ ਹੈ ਦਮ ਨਹੀਂ ਹੈ ਤੇ ਪਹਿਲੇ ਹੱਥ ਖੜੇ ਕਰ ਦੋ ਐਵੇਂ ਉਲਟੇ ਪੁਲਟੇ ਸਵਾਲ ਕਰਦੇ ਜੀ ਇਹ ਇੱਥੇ ਰਹਿਣ ਵਾਲੇ ਨਹੀਂ ਹੈ ਇੱਥੋਂ ਪੈਰਾ ਟਰੂਪ ਹੋ ਗਏ ਜੀ ਇਹ ਉਹ ਆਰਗੂਮੈਂਟ ਤਾਂ ਬਿਲਕੁਲ ਜ਼ੀਰੋ ਨੇ ਜਿਸ ਬੰਦੇ ਦੇ ਨਾਨਕੇ ਦਾਦਕੇ ਉਜੜ ਕੇ ਇੱਥੇ ਆਏ ਇੱਥੋਂ ਦਾ ਪਾਣੀ ਪੀ ਕੇ ਇੱਥੋਂ ਦਾ ਅੰਨ ਖਾ ਕੇ ਆਪਾਂ ਤਗੜੇ ਉੱਤੇ ਬਣ ਗਏ ਜੋ ਕੁਝ ਬਣਿਆ ਇੱਕ ਵਾਰੀ ਜੀ ਮੇਰਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਆਪਾਂ ਜੀ ਦੁੱਖ ਨਿਵਾਰਨ ਸਾਹਿਬ ਦੇ ਬੱਚੇ ਹੁੰਦੇ ਸੀ ਪੈਦਲ ਚੱਲ ਕੇ ਆਉਂਦੇ ਸੀ ਘਰੋਂ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਮੱਥਾ ਟੇਕੋ ਤੁਸੀਂ ਕਦੀ ਵੀ ਬੱਚੇ ਦਾ ਮੱਥਾ ਟੇਕੋਗੇ ਨਾ ਦੇਖੋਗੇ ਪੂਰਾ ਮੱਥਾ ਲਗਾਉਂਦਾ ਹੈ ਨੱਕ ਵੀ ਲਗਾਉਂਦਾ ਹੈ ਉਹਨੂੰ ਸਿਰਫ ਇਹ ਹੀ ਹੈ ਕਿ ਬਾਬਾ ਜੀ ਦੀ ਅਰਦਾਸ ਬਾਬਾ ਜੀ ਡਰੈਸਿੰਗ ਮਿਲਣਗੀ ਆ ਨਾ ਕੜਾ ਪ੍ਰਸ਼ਾਦ ਮਿਲੇਗਾ ਕਈ ਵਾਰੀ ਭਾਈ ਦੂਜਾ ਵੀ ਦੇ ਦਿਓ ਬਾਈ ਸਾਰੇ ਅੱਛੇ ਇਸ ਤਰ੍ਹਾਂ ਹੀ ਹੋਏ ਆ ਸਾਡੇ ਸ਼ਕਤੀ ਇਹ ਹੈ ਗੁਰੂਆਂ ਦੀ ਸ਼ਕਤੀ ਹੈ ਸਾਡੇ ਗੁਰੂ ਲੀਡਰ ਨੂੰ ਬਾਈ ਐਗਜ਼ਾਮਪਲ ਸੀਗੇ ਲੀਡਿੰਗ ਫਰੋਮ ਫਰੰਟ ਆਓ ਮਾਮਾ ਜੀ ਤੁਹਾਡੀ ਵੀ ਉਹਦੇ ਕੁੜੀ ਕੋ ਰਹੀ ਹੈ ਮਾਮਾ ਜੀ ਆਗੇ ਪਟਿਆਲੇ ਤੋਂ ਇਹ ਪਟਿਆਲੇ ਤੋਂ ਮੇਰੇ ਮਾਮਾ ਜੀ ਆਏ ਨੇ ਜੀ ਮਾਮਾ ਜੀ ਆ ਜਾਓ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਨੂੰ ਇੱਕ ਮਹੀਨਾ ਹੈਡਲਾਈਨ ਸਾਡੀ ਲੋੜ ਨਹੀਂ ਹੈ ਜਨਰਲ ਸਾਹਿਬ ਨੇ ਪਹਿਲੇ ਹੀ ਪਹੁੰਚਾ ਦੇਣਾ ਦੇਖੋ ਜੀ ਅਸੀਂ ਜੀ ਇਹੀ ਇਹੀ ਰੱਬ ਦੇ ਸਾਹਮਣੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਸਾਨੂੰ ਤੁਸੀਂ ਸ਼ਕਤੀ ਦਿਓ ਕਿ ਜੋ ਸਾਡੇ ਕੋਲੋਂ ਉਮੀਦਾਂ ਲੋਕਾਂ ਦੀ ਹੈ ਅਸੀਂ ਉਹ ਪੂਰਾ ਕਰ ਸਕਦੇ ਹਾਂ ਪਟਿਆਲੇ ਦੇ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਮੇਰਾ ਫੋਕਸ ਪਟਿਆਲੇ 'ਚ ਹੋਏਗਾ ਪਰ ਜਿੱਥੇ ਮੈਨੂੰ ਹੁਕਮ ਮਿਲਿਆ ਨਾ ਅਕਾਲੀ ਲੀਡਰਸ਼ਿਪ ਦਾ ਕਿ ਸਰਦਾਰ ਸਾਹਿਬ ਇੱਥੇ ਵੀ ਆ ਜਾਓ ਆਪਾਂ ਜਾਵਾਂਗੇ ਇਹ ਧੂੰਏਦਾਰ ਕੈਂਪੇਨ ਹੋਣੀ ਹੈ ਜੀ ਮੇਰੇ ਮੂੰਹ ਚੋਂ ਨਿਕਲਿਆ ਲਫ਼ਜ਼ ਮੈਂ ਕਿਹਾ ਜੀ ਅਸੀਂ ਛੱਟ ਫੱਟੇ ਚੱਕ ਦਾਂਗੇ ਗੱਲ ਬੜੀ ਸਿੰਪਲ ਹੈ ਇਹਦੇ ਵਿੱਚ ਸਾਡੇ ਤਾਂ ਇਨਵੈਂਟਰੀ ਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਸੀਂ ਦੁਸ਼ਮਣ ਦੇ ਸਾਹਮਣਾ ਕਰਨਾ ਹੈ ਫਿਰ ਵਿਦਆਊਟ ਪਿਟੀ ਐਂਡ ਵਿਦਆਊਟ ਰਿਮੋਰਸ ਵਿਦਆਊਟ ਪਿਟੀ ਐਂਡ ਵਿਦਆਊਟ ਨਾ ਥੋੜ੍ਹਾ ਤੁਹਾਡੇ ਵਿੱਚ ਹੋਣਾ ਚਾਹੀਦਾ ਹਮਦਰਦੀ ਨਰਮੀ ਦੁਸ਼ਮਣ ਦੇ ਨਾਲ ਨਰਮੀ ਨਹੀਂ ਹੋਣੀ ਚਾਹੀਦੀ ਆਇਰਨ ਫਿਸਟ ਐਂਡ ਵੈਲਵੇਟ ਗਲਵ ਆਪਾਂ ਕਸ਼ਮੀਰ ਵਿੱਚ ਇਹ ਪਾਲਿਸੀ ਲਗਾਈ ਹੈ ਕਿ ਬੇਕਸੂਰ ਲੋਕਾਂ ਦੇ ਲਈ ਇਹ ਮਖਮਲੀ ਜਾਮਾ ਲੇਕਿਨ ਜਿਹੜੇ ਆਤੰਕਵਾਦ ਨੇ ਜਿਨ੍ਹਾਂ ਨੇ AK-47 ਚੁੱਕਿਆ ਉਹਨਾਂ ਦੇ ਵਾਸਤੇ ਫੌਲਾਦੀ ਮੌਕਾ ਆਪਾਂ ਤੇ ਦੇਖੋ ਜੀ ਇਸ ਤਰ੍ਹਾਂ ਹੈ ਆਪਣਾ ਮਿਸ਼ਨ ਪੂਰਾ ਕਰਨਾ ਹੈ ਆਪਣੇ ਤਰੀਕੇ ਨਾਲ ਕਰਨਾ ਹੈ ਔਰ ਬੜੀ ਸ਼ਰਾਫਤ ਨਾਲ ਕਰਨਾ ਹੈ ਔਰ ਮੈਂ ਇਹੀ ਕਹਿਣਾ ਚਾਹੁੰਦਾ ਐਨੀ ਕੁਐਸਚਨਸ ਜੇ ਜੇ ਸਰ ਇੱਕ ਮਿੰਟ ਜੀ ਮੈਂ ਇਹੀ ਕਹਿਣਾ ਚਾਹੁੰਦਾ ਅਸੀਂ ਲੋਕ ਬੜੇ ਕਲੀਨ ਕੈਂਪੇਨ ਕਰਾਂਗੇ ਕੋਈ ਹੋਰ ਤਰੀਕਾ ਨਹੀਂ ਕਿਉਂਕਿ ਮਨ ਜਿੱਤਣਾ ਲੋਕਾਂ ਦਾ ਔਰ ਤਨ ਜਿੱਤਣਾ ਥੈਂਕ ਯੂ ਸਰ ਸਰ